नमस्कार दोस्तों, द फैक्ट टाइम में आपका स्वागत है। हमारे साथ परमजीत कौर जी हैं जो 25-30 सालों से लगभग डेरा सुतर सुगम जा रही हैं। जानते हैं इनसे कि इनका क्या कहना है, कैसा माहौल है डेरा सुतर सुगम का, क्या है असली सच। परमजीत जी, द फैक्ट टाइम में आपका स्वागत है। 25-30 सालों से आ रहे हो डेरा सुतर सुगम। ਸਾਨੂੰ ਤਾਂ ਬਹੁਤ ਵਧੀਆ ਲੱਗਦਾ ਸੀ ਕਿਉਂਕਿ ਸਾਡੇ ਕੋਲ ਕੁਛ ਨਹੀਂ ਸੀਗਾ। ਜਦ ਤੋਂ ਪਿਤਾ ਜੀ ਨਾਲ ਅਸੀਂ ਜੁੜੇ ਹਾਂ ਸਾਨੂੰ ਬਹੁਤ ਬਹੁਤ ਖੁਸ਼ੀਆਂ ਮਿਲੀਆਂ। ਪਰ ਇਹੀ ਕਹਿੰਦੇ ਹਾਂ ਵੀ ਹੁਣ ਵੀ ਪਿਤਾ ਜੀ ਆ ਜਾਣ, ਸਾਨੂੰ ਬਹੁਤ ਮਹਿਸੂਸ ਹੋ ਰਿਹਾ ਕਦੋਂ ਪਿਤਾ ਜੀ ਆਉਣ, ਸਾਡੀਆਂ ਘਾਟਾਂ ਪੂਰੀਆਂ ਕਰਨ। ਧੰਨ ਧੰਨ ਸਰ। ਆਪਕੋ ਕੀ ਲੱਗਦਾ, ਜ਼ਰੂਰਤ ਹੈ ਸੰਤ ਜੀ ਕੀ ਸਮਾਜ? ਬਹੁਤ ਜ਼ਰੂਰੀ ਹੈ। ਕਿਉਂ ਜ਼ਰੂਰਤ? ਉਹਨਾਂ ਬਿਨਾਂ ਸਾਡਾ ਬਹੁਤ ਬੁਰਾ ਹਾਲ ਆ, ਸਮਾਜ ਦਾ ਬਹੁਤ ਬੁਰਾ ਹਾਲ ਆ। ਕਿਉਂਕਿ ਸਾਨੂੰ ਕੋਈ ਬਹੁਤ ਤਾਨੇ ਮਾਰਦੇ, ਦੁਨੀਆਂ ਵੀ ਪਤਾ ਨਹੀਂ ਗੁਰੂ ਨੇ, ਸਾਡੇ ਗੁਰੂ ਬਹੁਤ ਸੱਚੇ। ਕਿਉਂ ਗੁਰੂ ਜੀ ਨੇ ਕਿਹਾ ਕਿਹਾ ਹੈ, ਕੁਛ ਨਹੀਂ ਕਿਹਾ, ਬਸ ਸਮਾਜ ਲੋਕਾਂ ਦੇ ਲਈ ਕਿਆ ਕੰਮ ਕੰਮ ਕੇ ਨਸ਼ੇ ਛੁਡਾਏ ਨੇ ਜੀ, ਭਲਿਆਂ ਦੇ ਸੁੱਖ ਦੀ ਭਲਾਈ ਦੇ ਕਾਰ ਕਰਮ ਕਰਨ ਇਹੋ ਜਿਹੇ ਇਲਜ਼ਾਮ ਲੱਗੇ ਨੇ ਪਿਤਾ ਜੀ ਤੋਂ। ਜਿਹੜੇ ਇਲਜ਼ਾਮ ਲਗਾਏ ਜਾ ਰਹੇ ਜੀ, ਬਹੁਤ ਸੱਚੇ ਨੇ। ਆਪ ਜੋ ਬੋਲ ਰਹੇ ਹੋ ਮਰਜ਼ੀ ਸੇ ਬੋਲ ਰਹੇ ਹੋ ਜਾਂ ਕਿਸੇ ਦਬਾਅ ਮੇਂ ਬੋਲ? ਨਾ ਜੀ ਨਾ, ਸਾਡੇ ਤਾਂ ਪਿਤਾ ਜੀ ਸੰਦੀਪ ਸੁਰਿੰਦਰ ਜਲਦੀ ਤੋਂ ਜਲਦੀ ਪਿਤਾ ਜੀ ਸਾਡੇ।